ਤਾਂ ਧਾਕੜ ਡੀਸੀ ਨੇ ਆਪਣੇ ਹੀ ਡਿਪਾਰਟਮੈਂਟ ਦੇ ਵਿੱਚੋਂ ਸਸਪੈਂਡ ਕਰਤੇ ਦੋ ਕਰਮਚਾਰੀ। 40 ਲੱਖ ਰੁਪਏ ਦਾ ਇਹਨਾਂ ਦੇ ਵੱਲੋਂ ਘਪਲਾ ਕੀਤਾ ਗਿਆ ਸੀ, ਉਸ ਘਪਲੇ ਤੋਂ ਪਰਦਾਫਾਸ਼ ਕੀਤਾ ਹੈ ਇਸ ਧਾਕੜ ਡੀਸੀ ਨੇ। ਦਰਅਸਲ ਸੰਗਰੂਰ ਦੇ ਡੀਸੀ ਜੋ ਕਿ ਲਗਾਤਾਰ ਐਕਸ਼ਨ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਵੱਲੋਂ ਇੱਕ ਹੋਰ ਠੋਸ ਐਕਸ਼ਨ ਲਿਆ ਗਿਆ ਹੈ। ਉਹਨਾਂ ਨੇ ਆਪਣੇ ਹੀ ਡਿਪਾਰਟਮੈਂਟ ਦੇ 2 ਸਰਕਾਰੀ ਮੁਲਾਜ਼ਮਾਂ ਨੂੰ ਬਾਹਰ ਕੱਢ ਦਿੱਤਾ ਹੈ, ਸਸਪੈਂਡ ਕਰ ਦਿੱਤਾ ਹੈ, ਕਿਉਂਕਿ ਉਹਨਾਂ ਦੇ ਵੱਲੋਂ 20 ਲੱਖ ਰੁਪਏ ਦੀ ਘਪਲੇਮਾਰੀ ਕੀਤੀ ਗਈ ਸੀ। ਇੱਕ ਨੇ ਤਾਂ 20 ਲੱਖ ਰੁਪਏ ਆਪਣੇ ਨਿੱਜੀ ਖਾਤੇ ਦੇ ਵਿੱਚ ਹੀ ਟ੍ਰਾਂਸਫਰ ਕਰਾ ਲਏ ਸੀ ਅਤੇ ਦੂਜੇ ਨੇ ਸਰਕਾਰੀ 20 ਲੱਖ ਰੁਪਏ ਦਾ ਕੀ ਕੀਤਾ ਹੈ, ਹੁਣ ਜਾਂਚ ਦਾ ਵਿਸ਼ਾ ਹੈ। ਤਾਂ ਵੱਡੀ ਖਬਰ ਹੈ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਡੀਸੀ ਨੇ, ਸੰਗਰੂਰ ਦੇ ਡੀਸੀ ਨੇ ਵੱਡਾ ਐਕਸ਼ਨ ਲਿਆ ਹੈ। ਐਸ ਡੀ ਐਮ ਦਫ਼ਤਰ ਧੂਰੀ ਅਤੇ ਉਸਦੇ ਨਾਲ ਦੋਨੋਂ ਜਿਹੜੇ ਐਸ ਡੀ ਐਮ ਦਫ਼ਤਰ ਅਤੇ ਹੋਰ ਵੱਡੇ ਅਧਿਕਾਰੀਆਂ ਨੂੰ ਡੀਸੀ ਨੇ ਐਕਸ਼ਨ ਲੈਣ ਲਈ ਕਿਹਾ ਸੀ, ਜਾਂਚ ਕਰਨ ਦੇ ਲਈ ਕਿਹਾ ਸੀ, ਜਿਸ ਤੋਂ ਬਾਅਦ ਪਤਾ ਚੱਲਿਆ ਕਿ ਦੋਨੋਂ ਕਰਮਚਾਰੀਆਂ ਦੇ ਵੱਲੋਂ 40 ਲੱਖ ਰੁਪਏ ਦੀ ਘਪਲੇਮਾਰੀ ਕੀਤੀ ਗਈ ਹੈ। ਜਿਸ ਤੋਂ ਬਾਅਦ ਇਸ ਡੀਸੀ ਨੇ, ਧਾਕੜ ਡੀਸੀ ਨੇ ਐਕਸ਼ਨ ਲਿਆ ਅਤੇ ਦੋਨਾਂ ਨੂੰ ਹੀ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਡੀਸੀ ਸੰਗਰੂਰ ਦੀ ਤਰਫੋਂ ਐਸ ਡੀ ਐਮ ਧੂਰੀ ਅਤੇ ਐਸ ਡੀ ਐਮ ਲਹਿਰਾ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਸੀ, ਜਿਸ ਤੋਂ ਬਾਅਦ ਦੋਨੇ ਮੁਲਾਜ਼ਮ ਦੋਸ਼ੀ ਪਾਏ ਗਏ ਅਤੇ ਹੁਣ ਇਹਨਾਂ 'ਤੇ ਐਕਸ਼ਨ ਲਿਆ ਗਿਆ ਹੈ। ਤਾਂ ਹਰੇਕ ਸਰਕਾਰੀ ਮੁਲਾਜ਼ਮ ਜੇਕਰ ਅਜਿਹੇ ਤਰੀਕੇ ਦੇ ਨਾਲ ਕੰਮ ਕਰਨ ਲੱਗ ਜਾਏ ਤਾਂ ਸਾਡਾ ਪੰਜਾਬ ਮੁੜ ਸੋਨੇ ਦੀ ਚਿੜੀ ਬਣ ਸਕਦਾ ਹੈ, ਆਪਣਾ ਭਾਰਤ ਜਿਹੜਾ ਹੈ ਉਹ ਦੁਬਾਰਾ ਖੁਸ਼ਹਾਲ ਹੋ ਜਾਵੇਗਾ। ਤਾਂ ਇਸ ਡੀਸੀ ਦੇ ਕੰਮ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਮੈਂਟ ਕਰਕੇ ਜ਼ਰੂਰ ਦੱਸਿਓ, ਕਿਉਂਕਿ ਅੱਗੇ ਵੀ ਇਸ ਡੀਸੀ ਦੇ ਵੱਲੋਂ ਜੋ ਕਿ ਸੰਗਰੂਰ ਦੇ ਡੀਸੀ ਨੇ, ਇਹਨਾਂ ਦੇ ਵੱਲੋਂ ਕਈ ਐਕਸ਼ਨ ਲਏ ਗਏ, ਕਈ ਚੰਗੇ ਕੰਮ ਵੀ ਕੀਤੇ ਜਾਂਦੇ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸੰਗਰੂਰ ਤੋਂ ਸਾਹਮਣੇ ਆ ਰਹੀਆਂ ਨੇ। ਆਓ ਡੀਸੀ ਦੇ ਕੋਲੋਂ ਹੀ ਜਾਣਕਾਰੀ ਲੈਂਦੇ ਹਾਂ ਕਿ ਆਖਿਰਕਾਰ ਕਿਹੜੇ ਐਕਸ਼ਨ ਦੇ ਤਹਿਤ ਉਹਨਾਂ ਨੇ ਇਹਨਾਂ ਦੋਨਾਂ ਨੂੰ ਸਸਪੈਂਡ ਕੀਤਾ ਹੈ ਅਤੇ ਇਹ 2 ਕਰਮਚਾਰੀ ਇਹਨਾਂ ਦੇ ਵੱਲੋਂ ਕਿਹੜੇ 40 ਲੱਖ ਰੁਪਏ, ਉਹ ਕਿਸ ਦੇ ਨਾਮ 'ਤੇ ਸੀ 40 ਲੱਖ ਰੁਪਏ, ਸਰਕਾਰੀ ਕਿੱਥੇ ਵਰਤੇ ਜਾਣੇ ਸੀ, ਜਿੱਥੇ ਇਹਨਾਂ ਨੇ ਘਪਲਾ ਕੀਤਾ ਹੈ, ਆਓ ਜਾਣਕਾਰੀ ਹਾਸਲ ਕਰਦੇ ਹਾਂ। ਜੀ, ਅਸੀਂ 2 ਕਲਰਕਾਂ ਨੂੰ ਜਿਹੜਾ ਹੈਗਾ ਪਹਿਲਾਂ ਨਿਯਮਾਂ ਅਧੀਨ ਕਾਰਵਾਈ ਕਰਕੇ ਸਸਪੈਂਡ ਕੀਤਾ, ਉਸ ਤੋਂ ਬਾਅਦ ਜਿਹੜੀ ਉਹਨਾਂ ਵੱਲੋਂ ਕੋਤਾਹੀ ਵਰਤੀ ਗਈ, ਜਿਹੜੀ ਫੰਡਸ ਦੀ ਐਮਬੈਜ਼ਲਮੈਂਟ ਕੀਤੀ ਸੀਗੀ, ਜਿਹੜੇ ਸਰਕਾਰੀ ਖਾਤੇ ਵਿੱਚ ਪੈਸੇ ਜਮ੍ਹਾਂ ਕਰਾਉਣੇ ਸੀਗੇ, ਉਹ 2 ਕੇਸਿਸ ਅੱਡ ਅੱਡ ਸੀਗੇ। ਇੱਕ ਦੇ ਵਿੱਚ ਤਾਂ ਜਿਹੜਾ ਇੰਪਲੋਈ ਹੈ ਉਹਨੇ ਆਪ ਉਹ ਫੰਡਸ ਦੀ ਵਰਤੋਂ ਕਰ ਲਈ ਸੀ, ਇੱਕ ਨੇ ਜਿਹੜਾ ਸੀਗਾ ਆਪਣੇ ਖਾਤੇ ਜਮ੍ਹਾਂ ਕਰਾ ਲਏ ਸੀਗੇ, ਸਰਕਾਰੀ ਖਾਤੇ ਵਿੱਚ ਨਹੀਂ ਜਮ੍ਹਾਂ ਕਰਾਏ ਸੀ। ਇਹ ਦੋਵਾਂ ਦੀ ਜਿਹੜੀ ਹੈਗੀ ਪ੍ਰੋਪਰ ਇਨਕੁਆਇਰੀ ਕਰਕੇ ਇਹਨਾਂ ਦੇ ਉੱਤੇ ਐਕਸ਼ਨ ਲਿੱਤਾ ਗਿਆ ਅਤੇ ਪੁਲਿਸ ਨੂੰ ਵੀ ਜਿਹੜੀ ਹੈਗੀ FIR ਰਜਿਸਟਰ ਕਰਨ ਵਾਸਤੇ ਅਤੇ ਜਿਹੜੀ ਬਣਦੀ ਕਾਰਵਾਈ ਕਰਨ ਵਾਸਤੇ ਆਲਰੇਡੀ ਲਿਖਿਆ ਜਾ ਚੁੱਕਿਆ ਹੈ। ਇਹ ਇੰਪਲੋਈ ਜਿਹੜੇ ਸੀਗੇ DC ਆਫਿਸ ਦੇ ਇੰਪਲੋਈ ਸੀ, ਅਤੇ ਇਹ ਜਿਹੜੀ ਕੋਤਾਹੀ ਜਦੋਂ ਧਿਆਨ 'ਚ ਆਈ ਸਾਡੇ, ਅਸੀਂ ਪ੍ਰੋਪਰ ਪ੍ਰੋਸੀਜਰ ਰਾਹੀਂ ਇਹਨਾਂ ਨੂੰ ਜਿਹੜਾ ਹੈਗਾ ਇੱਕ ਪ੍ਰੋਪਰ ਪ੍ਰੋਸੀਜਰ ਦੇ ਥੱਲੇ ਕਰਕੇ ਕਾਰਵਾਈ ਕੀਤੀ। ਜੀ, ਇੱਕ ਕੇਸ ਦੇ ਵਿੱਚ ਲਗਭਗ 20 ਲੱਖ ਰੁਪਏ ਦੀ ਐਮਬੈਜ਼ਲਮੈਂਟ ਸੀਗੀ, ਅਤੇ ਇੱਕ ਕੇਸ ਦੇ ਵਿੱਚ ਵੀ ਲਗਭਗ ਇੰਨਾ ਹੀ ਅਮਾਊਂਟ ਸੀਗਾ। ਅਤੇ ਅਸੀਂ ਜਿਹੜਾ ਹੈਗਾ ਸਰਕਾਰ ਦੇ ਵੱਲੋਂ, ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਜਿਹੜਾ ਵਿਜ਼ਨ ਹੈ, ਕਰਪਸ਼ਨ ਫ੍ਰੀ ਗੌਰਮੈਂਟ ਹੋਣੀ ਚਾਹੀਦੀ ਹੈ, ਸਰਕਾਰੀ ਫੰਡ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਹੈ, ਉਹਦੇ ਵਾਸਤੇ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਪੂਰਾ ਵਚਨਬੱਧ। ਅੱਜ ਮੁਕੱਦਮਾ ਦਰਜ ਹੋਇਆ ਇੱਕ ਕਲਰਕ ਦੇ ਉੱਤੇ, ਕੀ ਮੈਟਰ ਕੀ ਹੈ ਜੀ? ਮਾਨਯੋਗ DC ਸਾਹਿਬ ਦੇ ਆਫਿਸ ਤੋਂ ਸਾਨੂੰ ਇੱਕ ਲੈਟਰ ਮਸੂਲ ਹੋਇਆ ਸੀ, ਜਿਸ ਦੇ ਵਿੱਚ ਇੱਕ ਕੁਲਬੀਰ ਸਿੰਘ ਨਾਮੀ ਕਲਰਕ, ਜੋ ਕਿ SDM ਦਫ਼ਤਰ ਧੂਰੀ ਦੀ ਤੈਨਾਤੀ ਸਮੇਂ ਜਿਸ ਦੇ ਉੱਪਰ ਸਰਕਾਰੀ ਪੈਸੇ ਦੀ ਦੁਰਵਰਤੋਂ ਕਰਨ ਅਤੇ ਆਪਣੇ ਨਿੱਜੀ ਹਿੱਤਾਂ ਲਈ ਵਰਤਣ ਸੰਬੰਧੀ ਕਾਰਵਾਈ ਕਰਨ ਬਾਰੇ ਲਿਖਿਆ ਸੀ, ਜਿਸ ਦੇ ਸੰਬੰਧ ਵਿੱਚ ਅਸੀਂ ਮੁਕੱਦਮਾ ਨੰਬਰ 4 ਅਧੀਨ ਧਾਰਾ 409 IPC ਦਰਜ ਰਜਿਸਟਰ ਕੀਤਾ, ਜਿਸ ਦੀ ਤਫਤੀਸ਼ ਜਾਰੀ ਹੈ, ਜੋ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ।